ਦੇਖ ਦਿਓ ਕਿ ਅੱਜ ਗ੍ਰਿਫਤਾਰੀ ਵੀ ਹੋਈ ਹੈ, ਅਰਵਿੰਦ ਕੇਜਰੀਵਾਲ ਦੀ ਰਾਤ ਹੋਈ ਹੈ ਅਤੇ ਅੱਜ ਤੁਹਾਨੂੰ ਵੀ ਗ੍ਰਿਫਤਾਰ ਕਰ। ਅਰਵਿੰਦ ਕੇਜਰੀਵਾਲ ਜੀ ਉਹ ਇਨਸਾਨ ਨੇ ਜਿਹੜੇ ਇਨਸਾਫ਼ ਦੀ ਲੜਾਈ ਲੜਨ ਲਈ, ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਰਾਜਨੀਤੀ ਦੇ ਵਿੱਚ ਆਏ। ਜਦੋਂ ਕੋਈ ਹੁਕਮਰਾਨ ਕਿਸੇ ਤੋਂ ਡਰਦਾ ਆ ਤਾਂ ਉਹ ਇਹੋ ਜਿਹੀਆਂ ਕਾਰਵਾਈਆਂ ਕਰਦਾ ਆ। ਜੇ ਨਰਿੰਦਰ ਮੋਦੀ ਕਿਸੇ ਤੋਂ ਡਰਦਾ, ਉਹ ਆ ਅਰਵਿੰਦ ਕੇਜਰੀਵਾਲ। ਇਹ ਨਰਿੰਦਰ ਮੋਦੀ ਨੂੰ ਪਤਾ ਆ ਕਿ ਜੇ ਕਿਸੇ ਨੇ ਅੰਤ ਕਰਨਾ ਆ ਨਰਿੰਦਰ ਮੋਦੀ ਦਾ, ਜੇ ਨਰਿੰਦਰ ਮੋਦੀ ਨੂੰ ਹਰਾਉਣਾ ਹੈ ਕਿਸੇ ਨੇ, ਤਾਂ ਉਹ ਅਰਵਿੰਦ ਕੇਜਰੀਵਾਲ ਆ। ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਹੋਇਆ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਮੰਤਰੀ MLA ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਤਾਂ ਲਾਲਜੀਤ ਭੁੱਲਰ ਸਾਡੇ ਨਾਲ ਨੇ। ਭੁੱਲਰ ਸਾਹਿਬ, ਕਿਵੇਂ ਦੇਖ ਦਿਓ ਕਿ ਅੱਜ ਗ੍ਰਿਫਤਾਰੀ ਵੀ ਹੋਈ ਹੈ, ਅਰਵਿੰਦ ਕੇਜਰੀਵਾਲ ਦੀ ਰਾਤ ਹੋਈ ਹੈ ਅਤੇ ਅੱਜ ਤੁਹਾਨੂੰ ਵੀ ਗ੍ਰਿਫਤਾਰ ਕਰ? ਦੇਖੋ, ਸਾਡੇ ਮਹਿਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਦਾ ਦਾਮਨ ਸਾਫ਼ ਅਤੇ ਪਾਕ ਹੈ ਇੱਕ ਚਿੱਟੀ ਚਾਦਰ ਦੀ ਤਰ੍ਹਾਂ, ਇੱਕ ਭੂਰਾ ਜਿਨ੍ਹਾਂ ਦਾਗ ਵੀ ਨਹੀਂ ਹੈਗਾ, ਪਹਿਲਾਂ ਤਾਂ ਨਰਿੰਦਰ ਮੋਦੀ ਵੱਲੋਂ ਵਾਰ ਵਾਰ ED ਦੇ ਸੰਮਣ ਭੇਜੇ ਜਾਂਦੇ ਰਹੇ, ਇਸੇ ਕਰਕੇ ਭੇਜੇ ਜਾਂਦੇ ਰਹੇ ਕਿ ਸ਼ਾਇਦ ਜਿਹੜੇ ਅਰਵਿੰਦ ਕੇਜਰੀਵਾਲ ਨੇ ਨਰਿੰਦਰ ਮੋਦੀ ਦੇ ਅੱਗੇ ਝੁਕ ਜਾਣਗੇ। ਅਰਵਿੰਦ ਕੇਜਰੀਵਾਲ ਜੀ ਉਹ ਇਨਸਾਨ ਨੇ ਜਿਹੜੇ ਇਨਸਾਫ਼ ਦੀ ਲੜਾਈ ਲੜਨ ਲਈ, ਲੋਕਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਰਾਜਨੀਤੀ ਦੇ ਵਿੱਚ ਆਇਆ। ਉਹ ਤਾਂ ਇੱਕ ਵੱਡੇ ਅਹੁਦੇ ਦੇ ਉੱਤੇ ਕਮਿਸ਼ਨਰ ਸਨ, IRS ਅਫਸਰ ਸਨ, ਉਹਨਾਂ ਨੂੰ ਤਾਂ ਜ਼ਰੂਰਤ ਹੀ ਨਹੀਂ ਸੀ ਕੋਈ ਰਾਜਨੀਤੀ ਆਉਣ ਦੀ, ਕਿਉਂਕਿ ਕਰੋੜਾਂ ਰੁਪਈਆ ਉਹਨਾਂ ਦੀ ਵੈਸੇ ਹੀ ਤਨਖਾਹ ਦਾ ਪੈਕੇਜ ਸੀ, ਬੜੀ ਵੱਡੀ ਉਹਨਾਂ ਕੋਲ ਪੋਸਟ ਸੀ। ਸਿਰਫ ਉਹ ਇਸੇ ਕਰਕੇ ਆਇਆ, ਆਪਦੀ ਜਿਹੜੀ ਨੌਕਰੀ ਸੀ ਉਹਤੋਂ ਉਹਨਾਂ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਕੇ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰ ਲਈ ਆਏ। ਅਤੇ ਜਦੋਂ ਕੋਈ ਹੁਕਮਰਾਨ ਕਿਸੇ ਤੋਂ ਡਰਦਾ ਆ ਤਾਂ ਉਹ ਇਹੋ ਜਿਹੀਆਂ ਕਾਰਵਾਈਆਂ ਕਰਦਾ ਆ। ਜੇ ਨਰਿੰਦਰ ਮੋਦੀ ਕਿਸੇ ਤੋਂ ਡਰਦਾ, ਉਹ ਆ ਅਰਵਿੰਦ ਕੇਜਰੀਵਾਲ। ਇਹ ਨਰਿੰਦਰ ਮੋਦੀ ਨੂੰ ਪਤਾ ਆ ਕਿ ਜੇ ਕਿਸੇ ਨੇ ਅੰਤ ਕਰਨਾ ਆ ਨਰਿੰਦਰ ਮੋਦੀ ਦਾ, ਜੇ ਨਰਿੰਦਰ ਮੋਦੀ ਨੂੰ ਹਰਾਉਣਾ ਹੈ ਕਿਸੇ ਨੇ, ਤਾਂ ਉਹ ਅਰਵਿੰਦ ਕੇਜਰੀਵਾਲ ਆ। ਅਰਵਿੰਦ ਕੇਜਰੀਵਾਲ ਨੂੰ ਲੋਕ ਪਿਆਰ ਕਰਦੇ ਆ, ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਮਾਤਾਵਾਂ ਭੈਣਾਂ ਸਾਰੇ ਦਿਲ 'ਚ ਵਸਾ ਕੇ ਬੈਠੇ ਅਰਵਿੰਦ ਕੇਜਰੀਵਾਲ ਨੂੰ। ਇੱਕ ਅਰਵਿੰਦ ਕੇਜਰੀਵਾਲ ਤਾਂ ਇਹਨਾਂ ਗ੍ਰਿਫਤਾਰ ਕਰਕੇ ਜੇਲ੍ਹ 'ਚ ਭੇਜਤਾ, ਜਿਹੜੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਦੇ ਦਿਲਾਂ ਦੇ ਵਿੱਚ ਕੇਜਰੀਵਾਲ ਵੜ ਗਿਆ, ਘਰ ਘਰ ਕੇਜਰੀਵਾਲ ਪੈਦਾ ਹੋ ਗਿਆ। ਉਹ ਕੇਜਰੀਵਾਲ ਕਿਵੇਂ ਖਤਮ ਕਰਨਗੇ? ਅਤੇ ਹਮੇਸ਼ਾ ਪੰਜਾਬ ਦੇ ਲੋਕ, ਭਾਰਤ ਦੇ ਲੋਕ ਜਿਹਦੇ ਨਾਲ ਧੱਕਾ ਹੋਵੇ ਉਹਦੇ ਨਾਲ ਖੜ ਜਾਂਦੇ ਆ। ਅਰਵਿੰਦ ਕੇਜਰੀਵਾਲ ਨਾਲ ਆਮ ਆਦਮੀ ਪਾਰਟੀ ਨਾਲ ਧੱਕਾ ਹੋਇਆ। ਸਾਡੇ ਸਤਿੰਦਰ ਜੈਨ ਜੀ ਮਿਨਿਸਟਰ, ਜਿਹੜੇ ਹੈਲਥ ਦੀ ਉਹਨਾਂ ਕੋਲ ਵੱਡੀ ਜ਼ਿੰਮੇਵਾਰੀ ਸੀ, ਹੋਸਪਿਟਲ ਵਧੀਆ ਬਣਾਤੇ, ਡਾਕਟਰ ਵਾਧੂ ਕਰਤੇ, ਦਵਾਈਆਂ ਫ੍ਰੀ ਲੋਕਾਂ ਨੂੰ ਦਿੱਤੀਆਂ, ਮਨੀਸ਼ ਸਿਸੋਦੀਆ ਜੀ ਜਿਨ੍ਹਾਂ ਨੇ ਸਕੂਲਾਂ ਦਾ ਸਿਸਟਮ ਸਹੀ ਕਰਤਾ, ਟੀਚਰ ਪੂਰੇ ਕਰਤੇ, ਬੱਚਿਆਂ ਨੂੰ ਫ੍ਰੀ ਪੜ੍ਹਾਈ, ਵੱਡੇ ਵੱਡੇ ਲੀਡਰ ਸਾਡੇ ਫੜ ਕੇ ਨਜਾਇਜ਼ ਅੰਦਰ ਬੰਦ ਕੀਤੇ ਜਾ ਰਹੇ ਆ। ਇਹ ਜਿਹੜੀ ਰਾਜਨੀਤੀ ਦੇ ਵਿੱਚ ਆ, ਇਹ ਮੋਦੀ ਦੀ ਛਾਤੀ ਦੇ ਵਿੱਚ ਕਿੱਲ ਸਾਬਤ ਹੋਊਗਾ। ਜਿਹੜਾ ਇਹ ਧੱਕਾ ਕੀਤਾ, ਇਹਦਾ ਜਵਾਬ ਲੋਕ ਮੰਗਣਗੇ। ਥੋੜ੍ਹੇ ਦਿਨਾਂ ਨੂੰ ਪੋਲਿੰਗ ਸ਼ੁਰੂ ਹੋ ਜਾਣੀ ਆ ਵੱਖ ਵੱਖ ਸੂਬਿਆਂ ਦੇ ਵਿੱਚ। ਲੋਕ ਇੰਡੀਆ ਅਲਾਇੰਸ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ, ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਵੀ ਵੱਡੀ ਲੀਡ ਨਾਲ ਜਿੱਤਣਗੇ। BJP ਦੇ ਉਮੀਦਵਾਰ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਜਦੋਂ ਕਿਸੇ ਦੀ ਅੱਤ ਚੁੱਕਣ ਦੀ ਨੀਅਤ ਹੁੰਦੀ ਹੈ ਨਾ, ਅੱਤ ਚੁੱਕਣ ਦੀ, ਅਤੇ ਉਦੋਂ ਉਹਦਾ ਅੰਤ ਹੋ ਜਾਂਦਾ। ਪਰ ਪੁਲਿਸ ਸਾਹਿਬ ਕਿਵੇਂ ਦੇਖ ਦਿਓ ਕਿ 8 ਦਿਨ ਦਾ ਰਿਮਾਂਡ ਮੰਗ ਲਿਆ, ਕਹਿੰਦਾ ਘੁਟਾਲਾ ਬਹੁਤ ਵੱਡਾ ਹੈ, ਤਾਂ ਕਿ 8 ਦਿਨ ਦਾ ਰਿਮਾਂਡ? ਦੇਖੋ, ਘੁਟਾਲਾ ਇਹ ਆਪ ਹੀ ਕਹੀ ਜਾਂਦੇ ਘੁਟਾਲਾ ਵੱਡਾ, ਕੋਈ ਪੈਸਾ ਨਹੀਂ ਲੱਭਾ, ਕੋਈ ਖਾਤੇ 'ਚ ਪੈਸਾ ਨਹੀਂ ਲੱਭਾ। ਇਹ ਤਾਂ ਵੇਖੋ, ਰਾਜਨੀਤੀ ਦੇ ਵਿੱਚ ਜਿਹੜੇ ਹੁਕਮਰਾਨ ਇਹੋ ਜਿਹੇ ਧੱਕੇ ਕਰਦੇ ਹਨ, ਉਹ ਹੁਕਮਰਾਨ ਛੇਤੀ ਡਿੱਗ ਪੈਂਦੇ ਆ। ਭਗਵੰਤ ਮਾਨ ਦੀ ਵੀ ਤਿਆਰੀ ਹੈ, ਹੁਣ ਪਾਲਿਸੀ ਕਹਿੰਦਾ ਪੰਜਾਬ ਦੇ ਵਿੱਚ ਵੀ ਉਹੀ ਹੈ। ਵੇਖੋ, ਭਾਰਤ ਦੀ ਰਾਜਨੀਤੀ ਦੇ ਵਿੱਚ ਪਹਿਲੀ ਵਾਰ ਐਡਾ ਵੱਡਾ ਧੱਕਾ ਆਇਆ ਆ। ਕਿੰਨੇ ਲੱਖਾਂ ਹਜ਼ਾਰਾਂ ਕਰੋੜ ਦੇ ਜਿਹੜੇ ਆ ਘਪਲੇ ਕੀਤੇ ਪੁਰਾਣੀਆਂ ਸਰਕਾਰਾਂ ਦੇ ਲੀਡਰਾਂ ਨੇ, ਉਹਨਾਂ ਨੂੰ ਤਾਂ ਇਹਨੇ BJP ਨੇ ਫੜਿਆ ਨਹੀਂ, ਜਿਹਦਾ ਡਰ ਹੈ ਉਹਨੂੰ ਫੜਨ ਦਏ ਆ। ਕਿਉਂ, ਜਿਵੇਂ ਕੰਸ ਨੂੰ
ਇਹ ਕਿਹਾ ਸੀ ਕਿਸੇ ਪੰਡਿਤ ਨੇ ਵੀ ਤੈਨੂੰ ਤੇਰੇ ਭਾਣਜੇ ਨੇ ਤੇਰਾ ਵੱਧ ਕਰਨਾ, ਤੇਰਾ ਰਾਜ ਖਤਮ ਕਰਨਾ। ਉਹ ਵਾਰ ਵਾਰ ਆਪਦੀ ਭੈਣ ਦੀ ਲਾਦ ਨੂੰ ਖਤਮ ਕਰਦਾ ਰਿਹਾ ਕੰਸ, ਅਤੇ ਬਾਅਦ 'ਚ ਫਿਰ ਕ੍ਰਿਸ਼ਨ ਭਗਵਾਨ ਦਾ ਜਨਮ ਹੋਇਆ, ਉਹਦਾ ਅੰਤ ਫਿਰ ਕ੍ਰਿਸ਼ਨ ਭਗਵਾਨ ਨੇ ਕੀਤਾ। ਉਸੇ ਤਰ੍ਹਾਂ ਹੀ ਮੈਨੂੰ ਲੱਗਦਾ ਕਿਸੇ ਪੰਡਿਤ ਨੇ ਨਰਿੰਦਰ ਮੋਦੀ ਨੂੰ ਦੱਸਿਆ ਕਿ ਜੇ ਤੈਨੂੰ ਕਿਸੇ ਨੇ ਰੋਣਾ ਉਹ ਅਰਵਿੰਦ ਕੇਜਰੀਵਾਲ, ਇਹ ਅਰਵਿੰਦ ਕੇਜਰੀਵਾਲ ਨੂੰ ਬੰਦ ਕਰਦਾ, ਰੋਣਾ ਫਿਰ ਅਰਵਿੰਦ ਕੇਜਰੀਵਾਲ ਨੇ ਇਹਨੂੰ ਦਾਮਨ ਸਾਫ ਤੇ ਪਾ ਕੇ ਅਰਵਿੰਦ ਕੇਜਰੀਵਾਲ ਬਾਹਰ ਆਉਣਗੇ ਤੇ ਲੋਕ ਜਿੰਦਾਬਾਦ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਰਿਹਾ ਹੋ ਕੇ ਬਾਹਰ ਆਏ ਨੇ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਅਰਵਿੰਦ ਕੇਜਰੀਵਾਲ ਨੂੰ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਜ ਸਿੰਘ।